ਭਾਈ ਮੈਂ ਮਮਦ ਦਸਮ ਬੋਲਦਾ ਪਿਆ 45 ਜਿਹੜੀ ਰੇੜੀ ਤੋਂ ਸਾਡੇ ਪਿੰਡ ਦਾ ਖੰਭਾ ਛਾਟ ਆ ਗਿਆ ਤੇ ਕੱਲ ਇੱਥੇ ਬੱਚੇ ਨੂੰ ਛਾਟ ਹੋਈ ਏ ਅਸਾਂ ਇਤਲਾਕ ਕੀਤੀ ਐਕਸੀਅਨ ਨੂੰ ਉਖਾੜਾ ਚ ਇੱਥੇ ਕੋਈ ਬੰਦਾ ਨਹੀਂ ਆਇਆ ਵੈਸ ਚੇਅਰਮੈਨ ਸਾਡੇ ਪਿੰਡ ਦਾ ਉਹਨੇ ਫੋਨ ਕੀਤਾ ਗਿਆ ਇੱਥੇ ਸਾਡੇ ਪਿੰਡ 'ਚ ਕੋਈ ਬੰਦਾ ਨਹੀਂ ਆਇਆ ਬਣਾਵਣਾ ਵਾਸਤੇ ਤੇ ਅੱਜ ਮੇਰੀ ਮੱਝ ਬਾਹਰ ਆਈ ਏ ਪਾਣੀ ਪੀਣ ਆਣ ਵਾਸਤੇ ਲੈਂਦੀ ਏਗੀ ਤੇ ਉਹ ਖੰਭੇ ਦੇ ਕੋਲ ਕ੍ਰਾਸ ਕੀਤਾ ਤੇ ਉਹਨੂੰ ਬਿਜਲੀ ਲੱਗ ਗਈ ਤੇ ਮਰ ਗਈ ਮੌਕੇ ਤੇ ਕੋਈ ਬੰਦਾ ਨਹੀਂ ਇੱਥੇ ਆਇਆ ਠੀਕ ਕਰਨ ਵਾਸਤੇ لہذا ਸਾਡੀ ਮੇਰੀ ਅਪੀਲ ਹੈਗੀ ਡਿਪਟੀ ਕਮਿਸ਼ਨਰ ਵਜ਼ੀਰ ਆਜ਼ਮ ਸੇ ਕਿ ਹਮਾਰਾ ਤਾਵਨ ਕਰੇ ਹਮਾਰਾ ਇਨਸਾਫ ਕਰੇ